ਉਹਨਾਂ ਦੇ ਤਰੀਕੇ ਨਾਲ ਦਿਨ ਮਨਾਏ ਜਾਂਦੇ ਨੇ। ਇਹ ਜਿਹੜਾ ਆਪਾਂ ਅੱਜ ਦਿਨ ਮਨਾ ਰਹੇ ਹਾਂ, ਇਹਦਾ ਤਰੀਕਾ ਥੋੜ੍ਹਾ ਜਿਹਾ ਅਲੱਗ ਹੈ। ਕਿਉਂ? ਇੱਕ ਹੁੰਦਾ ਹੈ ਕਿ ਬੰਦਾ ਕਿਸੇ ਦੀ ਗੱਲ ਨੂੰ ਸੁਣ ਕੇ ਅਤੇ ਭਰੋਸਾ ਕਰ ਜਾਏ। ਮੇਰੇ ਮਨ ਦੇ ਵਿੱਚ ਕਦੀ ਵੀ ਇਹ ਜਿਹੀ ਚੀਜ਼ ਨਹੀਂ ਆਉਂਦੀ ਕਿ ਕੋਈ ਬੰਦਾ ਕਹੇ ਜਾਂ ਕੋਈ ਗੱਲ, ਅਤੇ ਉਹਦੇ 'ਤੇ ਮੈਂ ਫੇਥ ਕਰ ਜਾਂ। ਮੈਨੂੰ ਸ਼ੱਕ ਹੀ ਰਹਿੰਦਾ ਹੈ ਕਿ ਕਿਤੇ ਗੱਲ ਅੱਗੇ ਜਾ ਕੇ ਸੱਚੀ ਨਾ ਨਿਕਲੀ ਅਤੇ ਲੋਕ ਮੇਰੇ ਬਾਰੇ ਵੀ ਸ਼ੱਕ ਕਰਨਗੇ ਅਤੇ ਮੇਰੇ ਰੱਬ ਦੇ ਬਾਰੇ ਵੀ ਸ਼ੱਕ ਕਰਨ। ਮੈਂ ਹਮੇਸ਼ਾ ਹੀ ਇਸ ਚੀਜ਼ ਉੱਤੇ ਜ਼ੋਰ ਦਿੰਦਾ ਰਹਿੰਦਾ, ਜਿੰਨਾ ਚਿਰ ਕੋਈ ਚੀਜ਼ ਮੇਰੇ ਵਿਜ਼ਨ 'ਚ ਨਾ ਆਵੇ, ਮੇਰੇ ਧਿਆਨ 'ਚ ਨਾ ਆਵੇ, ਮੇਰੇ ਸੁਪਨੇ 'ਚ ਨਾ ਆਵੇ, ਮੇਰੇ ਮੈਡੀਟੇਸ਼ਨ 'ਚ ਨਾ ਆਵੇ, ਮੈਂ ਉਹਦੇ 'ਤੇ ਬਹੁਤਾ ਭਰੋਸਾ ਨਹੀਂ। ਕਿਉਂ ਇਹ ਮੇਰਾ ਅੰਦਰੋਂ ਨੇਚਰ ਹੀ ਬਣਿਆ ਆਇਆ ਹੈ। ਇਹ ਅੱਜ ਆਪਾਂ ਦਿਨ ਕਿਉਂ ਮਨਾ ਰਹੇ ਹਾਂ? ਇੱਕ ਦਿਨ ਅਸੀਂ ਸਵਰਨਜੀਤ ਸਿੰਘ ਦੇ ਘਰ ਬੈਠੇ ਹੋਏ ਸਨ ਅਤੇ ਬੈਠਿਆਂ ਬੈਠਿਆਂ ਮੈਂ ਨਹੀਂ ਕਹਿ ਸਕਦਾ ਕਿ ਨੀਂਦਰ ਆ ਗਈ ਕਿ ਖਮੋਸ਼ੀ ਆ ਗਈ ਕਿ ਸੁਰਤ ਚੜ੍ਹ ਗਈ, ਉਹਦਾ ਤਾਂ ਮੈਂ ਨਹੀਂ ਬਿਆਨ ਕਰ ਸਕਦਾ। ਪਰ ਕੋਈ ਅੰਦਰੋਂ ਐਸੀ ਖਮੋਸ਼ੀ ਆਈ ਕਿ ਜਿਹੜੀ ਮੇਰੀ ਬਾਡੀ ਨਾਲੋਂ ਥੋੜ੍ਹਾ ਥੋੜ੍ਹਾ ਮੈਨੂੰ ਵੱਖਰਾ ਮਹਿਸੂਸ ਕਰ ਗਈ। ਉਹਦੇ ਵਿੱਚ ਮੈਨੂੰ ਦਿਸ ਕੀ ਰਿਹਾ ਹੈ ਕਿ ਜਿਵੇਂ ਇਹ ਜਾਗਾਂ ਦੇ ਉੱਤੇ ਬਹੁਤ ਕੰਡੇ ਅਤੇ ਬੜਾ ਗੋਬਰ ਹੁੰਦਾ ਸੀ, ਆਹ ਜਿਹੜੀ ਜਾਗਾਂ ਦੇ ਉੱਤੇ ਹੁਣ ਆਪਾਂ ਅੱਜ ਜੀਜਸ ਦਾ ਫੋਟੋ ਬਣਾਇਆ ਹੈ, ਜੀਜਸ ਇਸੇ ਤਰ੍ਹਾਂ। ਕਿਉਂ? ਮੇਰੇ ਆਈਡੀਆ ਵਿੱਚ ਨਹੀਂ ਸੀ ਕਿ ਜੀਜਸ ਮੈਨੂੰ ਦਿਸੇ, ਮੇਰੇ ਖਿਆਲ ਵਿੱਚ ਨਹੀਂ ਸੀ ਕਿ ਜੀਜਸ ਮੇਰੇ ਨਾਲ ਗੱਲਾਂ ਕਰੇ, ਮੇਰੇ ਪ੍ਰੋਗਰਾਮ ਵਿੱਚ ਨਹੀਂ ਸੀ ਕਿ ਜੀਜਸ ਇੱਥੇ ਖੜਾ ਹੋਏਗਾ ਨਾ। ਚਾਣਚੱਕ ਮੇਰੀ ਸੁਰਤ ਦੇ ਵਿੱਚ ਆਣ ਕੇ ਇਸੇ ਤਰ੍ਹਾਂ ਬਾਹੀ ਕੀਤੀਆਂ ਹੋਈਆਂ ਨੇ ਅਤੇ ਸਭ ਤੋਂ ਪਹਿਲਾਂ ਆਵਾਜ਼ ਕੀ ਦਿੱਤੀ ਕਿ ਬਲੈਸ ਬਲੈਸ ਜਦੋਂ ਕਿਹਾ ਅਤੇ ਮੇਰੀ ਜਿਹੜੀ ਅੰਦਰਲੀ ਫੀਲਿੰਗ ਜਾਂ ਮੇਰਾ ਵਿਜ਼ਨ, ਉਹਨੂੰ ਇਸ ਤਰ੍ਹਾਂ ਫੀਲਿੰਗ ਹੋਈ ਕਿ ਜਿੰਨੀ ਕਾਲ ਆ ਤੇ ਉਹਦੇ ਵਿੱਚ ਬਲੈਸਿੰਗ ਦਾ ਸਾਊਂਡ ਚਲਾ ਗਿਆ। ਜਦੋਂ ਉਹਨੇ ਕਿਹਾ ਬਲੈਸ ਅਤੇ ਜਿਵੇਂ ਸਾਰੀ ਕਾਨਾ ਦੇ ਵਿੱਚ ਹੀ ਸਾਊਂਡ ਹੋ ਗਿਆ। ਮੈਂ ਵੇਖਿਆ ਅਤੇ ਇਹ ਮੇਰੇ ਵੱਲੇ ਵੇਖ ਰਿਹਾ ਸੀ, ਮੇਰੇ ਵੱਲੇ ਵੇਖ ਵੇਖ ਕੇ ਬੋਲੀ ਜਾ ਰਿਹਾ ਸੀ। ਮੈਂ ਚੁੱਪ ਕਰ ਕੇ ਸੁਣੀ ਜਾ ਰਿਹਾ ਸੀ। ਪਰ ਐਸੀ ਰੱਬ ਦੀ ਮਿਹਰ ਹੋਈ, ਆਪਦੀ ਬੋਲੀ 'ਚ ਵੇਖੀ ਜਾ ਰਿਹਾ ਸੀ, ਮੈਂ ਆਪਦੀ ਬੋਲੀ ਸੁਣੀ ਜਾ ਰਿਹਾ ਸੀ, ਪਰ ਮੈਨੂੰ ਸਮਝ ਪੂਰੀ ਆ ਰਹੀ ਸੀ ਜੋ ਇਹ ਕਹਿ ਰਿਹਾ ਸੀ। ਜਿਸ ਵੇਲੇ ਹੋ ਸਕਦਾ ਹੈ ਕੈਂਟਾ ਜਾਂ ਪਾਉਣਾ ਕੈਂਟਾ ਬੋਲਦਾ ਰਿਹਾ, ਇਸੇ ਤਰ੍ਹਾਂ ਖੜਾ ਰਿਹਾ ਅਤੇ ਬੜੀ ਖਮੋਸ਼ੀ ਦੇ ਨਾਲ, ਜਿਵੇਂ ਖੜਾ ਕਿਤੇ ਹੋ ਰਿਹਾ ਵੇਖ ਕਿਤੇ ਹੋ ਰਿਹਾ ਹੈ, ਬੋਲ ਕਿਤੇ ਹੋ ਰਿਹਾ ਹੈ ਅਤੇ ਵੇਖ ਕਿਤੇ ਹੋ ਰਿਹਾ ਹੈ। ਮੈਂ ਉੱਠਿਆ ਅਤੇ ਖਮੋਸ਼ੀ ਦੇ ਨਾਲ ਮੈਂ ਬੀਬਾ ਨੂੰ ਆਵਾਜ਼ ਮਾਰੀ, ਆਪਣਾ ਬੀਬਾ ਪ੍ਰੇਮ ਨੂੰ। ਮੈਂ ਕਿਹਾ ਬੀਬਾ ਡੈਰੀ ਲਿਆ, ਨਾਲ ਲਿਆ ਬਿਲਸਨ। ਉਹ ਜਿਸ ਵੇਲੇ ਕੋਈ ਫੇਰ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਨਾ ਸਮਝਿਆ ਕੋਈ ਗੱਲ ਹੀ ਹੋਣੀ, ਜਿਹੜੇ ਆਉਂਦੇ ਨੇ ਕਿ ਬਿਲਸਨ ਲਿਆ। ਵੈਸੇ ਬੀਬਾ ਬੜਾ ਅਜੀਬ ਹੋਇਆ ਕਿ ਜੀਜਸ ਖੜਾ ਹੋਇਆ ਸੀ ਅਤੇ ਖੜਾ ਗੋਬਿੰਦ ਸਦਨ ਹੋਇਆ ਸੀ, ਉਹਨੇ ਜੋ ਜੋ ਬੋਲਿਆ ਮੈਂ ਤੈਨੂੰ ਲਿਖਾਉਣਾ ਚਾਹੁੰਦਾ। ਉਹਨੇ ਫੜ ਕੇ ਉਸ ਤਰ੍ਹਾਂ ਜਿਹੜੇ ਉਸ ਵੇਲੇ ਲਫ਼ਜ਼ ਮੈਨੂੰ ਚੇਤੇ ਵੀ ਆਏ ਸੀ, ਫਿਰ ਜਿਵੇਂ ਬੋਲਦਾ ਰਿਹਾ, ਜਿਵੇਂ ਬੋਲਦਾ ਰਿਹਾ, ਜਿਵੇਂ ਦੱਸਦਾ ਰਿਹਾ,
ਉਹ ਫਿਰ ਸਾਰਾ ਮੈਂ ਬੀਬਾ ਨੂੰ ਲਿਖਾ ਦਿੱਤਾ। ਫਿਰ ਲਿਖਾ ਦਿੱਤਾ, ਫਿਰ ਮੇਰੇ ਮਨ ਦੀ ਫੀਲਿੰਗ ਇੰਨੀ ਸਟਰੋਂਗ ਹੋ ਗਈ ਕਿ ਇਸ ਜਗ੍ਹਾ ਦਾ ਨਾਂ ਗੋਬਿੰਦ ਸਦਰ ਰੱਖਿਆ ਗਿਆ।